ਸਤਿ ਸ਼੍ਰੀ ਅਕਾਲ ਵੀਰ ਜੀ, ਸਾਰਾ ਮੇਰੇ ਨੂੰ ਸੰਦੀਪ ਡੇਵਨ ਤੋਂ ਰੱਬੋ ਬੋ ਵੈਲਕਮ ਹੈ ਜੀ। ਅਤੇ ਪਿੰਡ ਲੋਕ ਪਹੁੰਚ ਚੁੱਕੇ ਹਾਂ ਜੀ ਆਪਾਂ ਬਾਈ ਰਿੰਕੂ ਹੋਣਾ ਕੋਲੋਂ। ਦੇਖੋ ਅੱਜ ਵੀ ਬਾਈ ਨੇ 5 ਦੇ ਲੈਵਲ ਝੋਟੀਆਂ ਲੈ ਕੇ ਆਉਂਦੀਆਂ, ਤੁਹਾਨੂੰ ਪਤਾ ਬਿਲਕੁਲ ਰੇਟ ਜਾਇਜ਼ ਹੀ ਕਰਦੇ ਬਾਈ ਨੂੰ, ਅਤੇ ਅੱਜ ਵਾਲੀ ਜਾਇਜ਼ ਹੋਊਗਾ। ਬਾਕੀ ਬਾਈ ਜੀ ਨੇ ਗੱਲਬਾਤ ਕਰਦੇ। ਸਤਿ ਸ਼੍ਰੀ ਅਕਾਲ ਦੇਵ ਜੀ, ਹੋਰ ਸੁਣਾਓ, ਠੀਕ ਠਾਕ ਜੀ? ਹਾਂਜੀ ਗੁਰੂ ਰਾਮਦਾਸ ਦੀ ਕਿਰਪਾ ਜੀ ਮਹਾਰਾਜ। ਹਾਂਜੀ ਹਾਂਜੀ ਉਧਰ ਨੀ ਵੇਖਿਆ ਸੰਦੀਪ ਜੀ, 2-2.5 ਘੰਟਾ ਚ ਸਾਰੀਆਂ ਵੇਖੀਆਂ। ਹਾਂ ਰੇਟ ਵੀ ਅੱਗੇ ਮੋੜ ਮੰਡੀ ਮੱਝ ਗਈ, ਉਹਨਾਂ ਨੇ ਸਪੈਸ਼ਲ ਆਖਿਆ ਬਾਈ ਤੂੰ 12 ਕਿਲੋ ਆਖਿਆ ਨੀਲੀ ਥੱਲੇ, ਵਾਕਿਆ ਤੂੰ ਸੱਚਾ 12 ਆਂਦੇ ਹੁਣ ਤੇ 15 ਤੋਂ ਟੱਪ ਗਈ। ਚਾਰ ਸੂਈਆਂ ਤਾਜ਼ੀਆਂ ਤੇ ਇੱਕ ਗੱਬਣ ਤਿਆਰ ਝੋਟੀ। ਸੰਦੀਪ ਜੀ ਉਹ ਆਂਦੇ ਪਿਛਲੇ ਸੂਏ 15-15.5 ਕਿਲੋ ਦੁੱਧ ਚੋਇਆ। ਅੱਛਾ, ਐਰ ਕੀ ਆਂਦੇ 16-17 ਕਿਲੋ ਇਹ ਦਊਗੀ ਤੇ 12 ਤੋਂ ਸਟਾਰਟ ਹੀ ਆ। 12 ਸਟਾਰਟ ਹੀ ਆ। ਲੋ ਬੱਚਾ ਮਰ ਕੇ ਆ ਗਿਆ ਜੀ, ਇਹ ਮਗਰ ਕੱਟੀ ਹੈ ਵੈਸੇ, ਉਹ ਦੂਜੇ ਨੰਬਰ ਆ। ਅੱਛਾ, ਕੱਟੀ ਹੈ ਜੀ, ਹੋਣੀ ਤਾਂ ਨਹੀਂ, ਉਹ ਵੀ ਪਿਓਰ ਪੂਰੇ ਕੱਟੀ ਮਗਰ ਵੇਖੋ। ਚਲੋ ਤੋਰੋ ਜੀ, ਲਓ ਜੀ ਵੇਖੋ, ਇਹ ਉਧਰੋਂ ਆਈ ਹੈ ਨਾ ਜੀ। ਹਾਂ ਸੰਦੀਪ ਜੀ, 2.5-3 ਕਿਲੋ ਗਾੜ ਦੀ ਤਾਂ ਹੋਊਗੀ ਜੀ। ਭੱਲੇ ਵਾ ਝੋਟੀ ਦਾ ਹੁਣ ਤੇ ਜੜਾ ਪਿੱਛੋਂ ਦੇਖੋ ਇਹੋ ਜਿਹੀਆਂ ਮੱਝਾਂ ਦਿੰਦੀਆਂ। ਮੈਂ ਲੇਵਾ ਦੱਸ ਬਾਈ ਜੀ, ਇਹੋ ਜਿਹੀਆਂ ਦੁੱਧ ਨਾਲ ਕਿਹੜੀ ਕਿਹੜੀ ਕਿਹੜੀਆਂ ਹੁਣ ਤੁਸੀਂ ਵੇਖ ਲੋ, ਮੈਂ 25 ਛੱਡਦਾ ਸਿੱਧਾ, ਮੈਂ 1.5 ਲੱਖ ਦੀ ਉਹਦਾ 5 ਠੀਕ ਆ, ਨਹੀਂ ਜ਼ਿਆਦਾ ਧੱਕਾ ਹੋ ਜਾਣਾ ਜੀ। ਝੋਟੀ ਵੀ ਬਹੁਤ ਸੋਹਣੀ ਆ, ਵੇਖੋ ਗਰਾਂ ਦੀ, ਇਹ ਵੀ ਸਿਰਾ ਹੀ ਝੋਟੀ, ਸਿਰਾ ਸਿਰੇ ਠੀਕ ਆ। ਚੰਗੀ, ਮੈਂ ਬੱਚਾ ਮਰ ਗਿਆ ਜੀ ਇਹਦੇ ਮਗਰ, ਰਾਜੇ ਵੇਖੀ ਕਿਹੜੇ ਚੋਈ ਜੋ ਬਜੀ ਵਧੀਆ। ਮੈਂ ਨਾ ਸੁਨੀਲ ਜੀ ਮੋਟਰ ਨੂੰ ਕਰਾ ਹਾਂ, ਬਿਲਕੁਲ ਨਹੀਂ ਚਲਾਉਂਦਾ ਆਪ ਹਾਂ। ਦੇਖੋ ਸੁਨੀਲ ਜੀ, ਇਹਨਾਂ ਲੰਮਾ ਸਾਨ ਕੱਢਦੀ ਆ, ਠੀਕ ਆ, ਇਹਨਾਂ ਮੋਟਾ, ਇਹ ਨਹੀਂ ਆਪਣੇ ਭੈਣ ਭਰਾ ਕਹਿੰਦੇ ਵੀ ਮੱਝਾਂ ਆਪਣਾ ਠਵੇਰੇ ਚ ਲਾ ਕੇ ਥਾਂ ਆਕੜੇ ਪਏ ਆ, ਠੀਕ ਦਿਖੀ ਆ, ਤੇ ਇਹ ਮਈਆਂ ਵੀ ਆਪਣਾ ਕੋਈ ਟਾਈਮ ਨਹੀਂ ਇਹਨਾਂ ਨੂੰ ਹੈਗਾ ਆਪਣੀਆਂ ਚੋਣ ਵਾਲੀਆਂ ਮਈਆਂ ਦੀ ਵੀਡੀਓ ਬੋਲੋ।
ਸਤੀਸ਼ ਜੀ ਇਹਦਾ ਮੁੱਲ ਕਰਾਉਣ ਨੂੰ ਭਾਵੇਂ 1 ਲੱਖ ਕਰਾ ਲਈਏ ਤੇ ਲੱਖ ਦੀ ਦੇ ਦਈਏ, ਬਿਲਕੁਲ ਨਾਮੀ ਏਰੀਆ ਆਪਣਾ ਪਾਕਿਸਤਾਨੀ ਰਵੇ ਦੀ ਝੋਟੀ ਆ ਆਪਾਂ 1 ਪੰਜ ਦੀ ਦੇਣਗੇ ਪੂਰੇ ਲੱਖ ਦੀ। ਠੀਕ ਆ ਸੰਦੀਪ ਜੀ, ਜਿਹੜਾ ਕੋਈ ਭਰਾ ਲਓ ਉਹਦਾ 2000 ਮਾਣ ਆਪਾਂ ਕਰਨਾ ਹੋਰ ਮਾਨਤਾਨਾ, ਬਾਕੀ ਉਹ ਤੋਂ ਵਾ ਘੱਟ ਜ਼ਿਆਦਾ ਨੀ ਮਾਨ ਹੋਣਾ ਹੁਣ ਆਪਾਂ ਹੋਰ ਕਰਤਾ ਮੈਂ ਭਰਾਵਾਂ ਨੂੰ ਆਫਰ ਦਈਏ ਕਰੋ। ਠੀਕ ਆ, ਇਹ ਜੀ ਇਹ ਵੀ ਸੰਦੀਪ ਜੀ ਪਰਸੋਂ ਦੀ ਸੂਈ ਜੇ। ਅੱਛਾ, ਇਹਦੇ ਥੱਲੇ ਵੀ ਹੈਗਾ ਤੇ ਜ਼ਿਆਦਾ ਏ। ਹਾਂਜੀ ਹਾਂਜੀ, ਘਰ ਵਾਲੇ ਨੇ 13-14 ਕਿਲੋ ਦੁੱਧ ਕੱਢਦੀ ਤਿੱਗੇ ਸੂਏ ਸੁਣਾ ਨੇ ਤੇ ਇਸ ਟਾਈਮ 8 ਕਿਲੋ ਮੋਲ ਆਏ ਜੀ ਪਤਾ ਨਹੀਂ ਜੀ ਥੱਲੇ ਅਜੇ ਨਾੜੂ ਦੇ ਬੱਚਾ। ਬਿਲਕੁਲ ਜੀ, ਹਾਂਜੀ ਹਾਂਜੀ, ਚੁਆਈ ਬਿਲਕੁਲ ਵਧੀਆ ਚੁਆਈ ਬੰਬਾ ਸੰਦੀਪ ਜੀ 12-13 ਕਿਲੋ ਦੁੱਧ ਹੈ ਮੈਂ ਪੱਕਾ ਦੇਈ ਜਾਣਾ ਨੇ। ਹਾਂਜੀ ਸੰਦੀਪ ਜੀ, ਇਹਦਾ ਮੁੱਲ ਕਰਾਉਣ ਨੂੰ ਭਾਵੇਂ 1 ਲੱਖ ਕਰਾ ਲਓ ਤੇ 90 ਦੀ ਦੇ ਦਈਏ। ਹੋਰ ਭਰਾਵਾਂ ਦਾ ਫੁੱਲ ਮਾਨ ਤਾਂ ਆਪਾਂ ਕਰਨਾ, ਵੇਖ ਲਓ ਝੋਟੀ ਕਿੱਦਾਂ ਦੀ ਆ। ਕੋਈ ਭਾਰ ਪਾਵੇ ਕੋਈ ਕਰੇ ਆਪਣੀ ਜ਼ਿੰਮੇਵਾਰੀ ਆ। ਲੋ ਜੀ ਮੇਰੇ ਭਰਾ ਵੇਖੋ ਬਰਾਂ ਪੰਜੇ ਝੋਟੇ ਸਿਰੇ ਦੀ ਆ, ਇਹ ਸਿਰੇ ਦੀ ਮਾਲ ਸਾਰਾ ਚੋਣਵਾ ਮਾਲ ਆ ਫਲੇ ਦਾ। ਚਲੋ ਆ ਵਧੀਆ ਉਹਨਾਂ ਮਿਸਤਰੀ ਦੇ ਕੰਮ ਹੋ ਜਾਣਾ ਜੋ ਤਰ੍ਹਾਂ ਹੋ ਰਾਜ ਦੇ ਇਧਰ ਹੀ ਹਾਂ ਚੰਗੇ ਝੋਟੇ ਆ ਵੀ। ਹਾਂਜੀ ਹਾਂਜੀ, ਲਾਸਟ ਵੀ ਸੀ ਜੀ ਇਹ ਲਾਸਟ ਵੀ ਜੀ ਬੋਲੋ ਫਿਰ ਸੰਦੀਪ ਜੀ ਮੁੱਲ ਦੇ 1 ਲੱਖ ਕਰ ਲਈਏ। ਹਾਂਜੀ, ਇੱਕੋ ਮੈਂ ਨਹੀਂ ਘਟਾਉਣੇ ਤੁਸੀਂ ਨਹੀਂ ਘਟਾਉਣੇ ਫਿਰ ਪੂਰੇ 1 ਲੱਖ ਦੀ ਦੇ ਦਈਏ। ਹੋਰ ਵੀ ਜਾਣ ਦੋ, ਆਪੇ ਛੱਡ ਦੋ ਦੇ ਤੁਸੀਂ ਆ ਵੇਖ ਲਓ ਝੋਟੀ ਕਿੱਦਾਂ ਦੀ ਵੇਖੋ ਆਪੇ ਛੱਡ ਹੈ ਆਪੇ ਛੱਡ ਕੋਈ ਬਾਕੀ ਜੋ ਤੁਹਾਡਾ ਮਨ ਕਰਦਾ ਜੀ ਆਪੇ ਛੱਡ ਦੋ ਬਸ ਹੈ ਛੱਡ ਦੋ ਇੱਕੋ ਹੀ ਗੱਲ ਇੱਕੋ ਹੀ ਗੱਲ 5 ਡਾ ਦਈਏ ਠੀਕ ਹੈ।
ਬਾਕੀ ਮੇਰਾ ਵੀਰ ਇੱਥੇ ਆਓ ਚੈੱਕ ਕਰਕੇ ਲੈ ਕੇ ਜਾਓ ਨਾ ਮੇਰੀ। ਹਾਂਜੀ ਜੀ, ਬਾਕੀ ਜੋ ਨਿਕਲੂਗਾ ਵੀ ਜੋ ਆਖਾਂਗੇ ਉਹੀ ਹੋਊਗਾ ਜੀ। ਬਿਲਕੁਲ ਭਾਜੀ, ਇਹ ਆਪਣੀ ਗੱਡੀ ਨੰਬਰ ਜੀ ਨੰਬਰ 98728 53109 ਪਿੰਡ ਲੋਕਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ। ਸਤਿ ਸ਼੍ਰੀ ਅਕਾਲ।